ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਅਤੇ ਹੋਸਟ ਮਰਾਕੀ YST ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅੱਜ ਆਪਾਂ ਬਣਾਵਾਂਗੇ ਜਿਮੀ 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 ਜਿਮੀ। ਕੁਛ ਆਈਡੀਆ ਲਾਇਆ ਦੋਸਤੋ? ਚਲੋ ਤੁਹਾਨੂੰ ਜ਼ਿਆਦਾ ਸਸਪੈਂਸ ਨਹੀਂ ਰੱਖਦੇ, ਉਹ ਦੱਸ ਹੀ ਦਿੰਦੇ ਹਾਂ। ਅੱਜ ਆਪਾਂ ਬਣਾਵਾਂਗੇ ਜਿਮੀ ਕੰਧ, ਜੋ ਕਿ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਆ, ਬਿਲਕੁਲ ਨੌਨ ਵੈਜ ਦੀ ਤਰ੍ਹਾਂ ਬਣਦੀ ਆ। ਤੁਸੀਂ ਨੌਨ ਵੈਜ ਖਾਣਾ ਭੁੱਲ ਜਾਓਗੇ। ਚਲੋ ਫਿਰ ਆਓ ਬਣਾਈਏ, ਟਰਾਈ ਕਰੀਏ ਜਿਮੀ ਕੰਧ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਆਪਾਂ ਨੇ ਇਹਨੂੰ ਧੋ ਲਿਆ ਸੀਗਾ, ਧੋ ਕੇ ਇਹਨੂੰ ਕੱਟ ਲਿਆ, ਕੱਟ ਕੇ ਨਮਕ ਲਗਾ ਕੇ ਰੱਖਤਾ ਸੀਗਾ। ਇਸ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਆਪਾਂ ਹਲਦੀ ਐਡ ਕਰਾਂਗੇ ਇਹਦੇ ਵਿੱਚ, ਇਹਨੂੰ ਅੱਛੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ, ਨਾਲ ਦੀ ਨਾਲ ਤੁਸੀਂ ਹਿਲਾਉਂਦੇ ਰਹਿਣਾ। ਉਹ ਜੋ ਵਾਧੂ ਪਾਣੀ ਤੁਹਾਨੂੰ ਦਿਖ ਰਿਹਾ, ਤੁਸੀਂ ਉਹਨੂੰ ਕੱਢ ਡਰੇਨ ਕਰ ਸਕਦੇ ਹੋ। ਤੁਸੀਂ ਡਰੇਨ ਕਰ ਦੇਣਾ, ਅੱਛੀ ਤਰ੍ਹਾਂ ਤੁਸੀਂ ਇਹਨੂੰ ਹਿਲਾ ਕੇ ਮਿਕਸ ਕਰ ਲੈਣਾ ਇਹਦੇ ਵਿੱਚ। ਇਹਨੂੰ ਤੁਸੀਂ 10 ਮਿੰਟ ਲਈ ਇੱਦਾਂ ਹੀ ਰੱਖ ਲੈਣਾ। ਹਾਂਜੀ ਦੋਸਤੋ, ਆਪਾਂ ਇਹਦੇ ਟਮਾਟਰ ਲੈ ਲਿਆ ਸੀਗਾ, ਇਹਨੂੰ ਇੱਕ ਬਾਊਲ ਦੇ ਵਿੱਚ ਪਾ ਲਿਆ, ਪਾਣੀ ਥੋੜ੍ਹਾ ਜਿਹਾ ਆਪਾਂ ਗਰਮ ਕਰ ਲਿਆ ਸੀ, ਇਹਦੇ ਵਿੱਚ ਆਪਾਂ ਨੇ ਟਮਾਟਰ ਨੂੰ ਐਡ ਕਰਤਾ ਸੀ। ਹੁਣ 10 ਮਿੰਟ ਲਈ ਆਪਾਂ ਇਹਨੂੰ ਇੱਦਾਂ ਹੀ ਰੱਖਾਂਗੇ, ਤਾਂ ਜੋ ਇਹਦਾ ਛਿਲਕਾ ਉਤਰ ਸਕੇ ਅਤੇ ਆਪਾਂ ਇਹਦੀ ਟਮਾਟਰ ਪਿਊਰੀ ਬਣਾਵਾਂਗੇ। ਇਸ ਤੋਂ ਬਾਅਦ ਤੁਸੀਂ ਇਹਨੂੰ ਠੰਡੇ ਪਾਣੀ ਦੇ ਵਿੱਚ ਪਾ ਦੇਣਾ, ਅਤੇ ਨੋਰਮਲੀ ਛਿਲਕਾ ਉਤਰ ਜਾਏਗਾ ਅਤੇ ਤੁਹਾਡੀ ਪਿਊਰੀ ਬਹੁਤ ਹੀ ਵਧੀਆ ਰੈਡੀ ਹੋ ਜਾਊਗੀ। ਹਾਂਜੀ ਦੋਸਤੋ, ਹੁਣ ਆਪਾਂ ਟਮਾਟਰ ਨੂੰ ਬਾਹਰ ਕੱਢ ਲਿਆ ਸੀਗਾ, ਹੁਣ ਦੇਖੋ ਕਿੰਨੀ ਆਸਾਨ ਤਰੀਕੇ ਨਾਲ ਇਹਦਾ ਛਿਲਕਾ ਉਤਰ ਰਿਹਾ। ਇੱਦਾਂ ਹੀ ਤੁਸੀਂ ਉਤਾਰ ਲੈਣਾ। ਹਾਂਜੀ ਦੋਸਤੋ, ਆਪਾਂ ਇਹਨੂੰ ਗ੍ਰੈਂਡਰ ਵਿੱਚ ਪਾ ਲਿਆ ਸੀਗਾ ਟਮਾਟਰ ਨੂੰ, ਹੁਣ ਇਹਨੂੰ ਗ੍ਰੈਂਡ ਕਰ ਲਿਆ। ਦੇਖੋ ਇਹਦੀ ਪਿਊਰੀ ਕਿੰਨੀ ਵਧੀਆ ਤਿਆਰ ਹੋ ਗਈ ਆ, ਟਮਾਟਰ ਪਿਊਰੀ। ਹਾਂਜੀ ਦੋਸਤੋ, ਆਪਾਂ ਨੇ ਇਹਦੇ ਲਈ ਮਸਾਲੇ ਲਏ ਆ, ਆਹ ਟਮਾਟੋ ਪਿਊਰੀ ਲਈ ਆ, ਰੈੱਡ ਚਿੱਲੀ ਪਾਊਡਰ ਆ ਜੀ, ਆਹ ਗਰਮ ਮਸਾਲਾ, ਇੱਧਰ ਹਲਦੀ ਲੈ ਲਈ ਆ, ਥੋੜ੍ਹੇ ਜਿਹੇ ਕੱਟੇ ਹੋਏ ਪਿਆਜ਼ ਅਤੇ ਗ੍ਰੀਨ ਚਿੱਲੀ, ਜਿੰਜਰ ਗਾਰਲਿਕ ਪੇਸਟ ਅਤੇ ਨਮਕ, ਅਤੇ ਇੱਧਰ ਆਪਾਂ ਨੇ ਜਿਮੀ ਕੰਧ ਨੂੰ ਫਰਾਈ ਕਰ ਲਿਆ ਸੀਗਾ। ਹਾਂਜੀ ਦੋਸਤੋ, ਆਪਾਂ ਇੱਧਰ ਕੜਾਹੀ ਰੱਖਤੀ ਸੀਗੀ, ਇਹਦੇ ਵਿੱਚ ਰਿਫਾਇੰਡ ਪਾ ਲਿਆ ਸੀ, ਇਹਨੂੰ ਹੁਣ ਥੋੜ੍ਹਾ ਜਿਹਾ ਆਪਾਂ ਗਰਮ ਕਰਾਂਗੇ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਆਪਾਂ ਜੀਰਾ ਪਾਵਾਂਗੇ, ਇਹਨੂੰ ਥੋੜ੍ਹਾ ਜਿਹਾ ਭੁੰਨਾਂਗੇ। ਹਾਂਜੀ ਦੋਸਤੋ, ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ, ਹਾਂਜੀ ਦੋਸਤੋ ਆਪਣਾ ਲਾਈਟ ਬਰਾਊਨ ਹੋ ਗਿਆ, ਇਹ ਪਿੰਕ ਕਲਰ ਦਾ ਹੋ ਚੁੱਕਿਆ ਪਿਆਜ਼, ਹੁਣ ਆਪਾਂ ਇਹਦੇ ਵਿੱਚ ਜਿੰਜਰ ਗਾਰਲਿਕ ਪੇਸਟ ਐਡ ਕਰਾਂਗੇ, ਇਹਨੂੰ ਵੀ ਅੱਛੀ ਤਰ੍ਹਾਂ ਮਿਕਸ ਕਰ ਦਾਂਗੇ। ਹਾਂਜੀ ਦੋਸਤੋ, ਹੁਣ ਆਪਾਂ ਰੈੱਡ ਚਿੱਲੀ ਪਾਊਡਰ ਐਡ ਕਰਾਂਗੇ ਇਹਦੇ ਵਿੱਚ, ਤੁਸੀਂ ਟੇਸਟ ਅਕੋਰਡਿੰਗ ਆਪਦੇ ਪਾ ਸਕਦੇ ਹੋ, ਕਈ ਲੋਕ ਘੱਟ ਖਾਂਦੇ ਆ, ਕਈ ਜ਼ਿਆਦਾ ਖਾਂਦੇ ਆ। ਹੁਣ ਆਪਾਂ ਗਰਮ ਮਸਾਲਾ ਐਡ ਕਰਾਂਗੇ, ਥੋੜ੍ਹੀ ਜਿਹੀ ਹਲਦੀ ਵੀ ਐਡ ਕਰ ਦਾਂਗੇ। ਹੁਣ ਗ੍ਰੀਨ ਚਿੱਲੀ, ਥੋੜ੍ਹਾ ਜਿਹਾ ਸਾਲਟ ਸਵਾਦ ਅਨੁਸਾਰ,